ਤਾਂ ਜਵਾਈ ਵੱਲੋਂ ਆਪਣੇ ਸਹੁਰੇ ਘਰ ਦੀ ਭੰਨ ਤੋੜ ਕੀਤੀ ਗਈ ਹੈ। ਦਰਅਸਲ ਇਹ ਮਾਮਲਾ ਘਰੇਲੂ ਝਗੜੇ ਦਾ ਦੱਸਿਆ ਜਾ ਰਿਹਾ, ਜਿੱਥੇ ਘਰੇਲੂ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਇਸ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ। ਤੇ ਇਸ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਜਵਾਈ ਵੱਲੋਂ ਆਪਣੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਸਹੁਰੇ ਘਰ ਦੀ ਭੰਨ ਤੋੜ ਕੀਤੀ ਜਾਂਦੀ ਹੈ ਅਤੇ ਉਸ ਵੱਲੋਂ ਗੋਲੀਆਂ ਤੱਕ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ ਦੌਰਾਨ ਮੌਕੇ ਉੱਤੇ ਹੀ ਮਾਹੌਲ ਕਾਫ਼ੀ ਜ਼ਿਆਦਾ ਭੱਖ ਜਾਂਦਾ ਹੈ। ਇਹ ਮਾਮਲਾ ਜਿਹੜਾ ਅੰਮ੍ਰਿਤਸਰ ਦੇ ਜੋੜਾ ਫਾਟਕ ਦਾ ਦੱਸਿਆ ਜਾ ਰਿਹਾ, ਜਿੱਥੇ ਜਵਾਈ ਵੱਲੋਂ ਆਪਣੇ ਸਹੁਰੇ ਘਰ ਦੀ ਭੰਨ ਤੋੜ ਕੀਤੀ ਜਾਂਦੀ ਹੈ। ਦਰਅਸਲ ਇਸ ਮਾਮਲੇ ਨੂੰ ਲੈ ਕੇ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਫ਼ੀ ਸਮੇਂ ਤੋਂ ਇਸ ਪਰਿਵਾਰ ਦੀ ਕੁੜੀ ਇਸ ਘਰ ਦੇ ਵਿੱਚ ਰਹਿ ਰਹੀ ਸੀ ਅਤੇ ਜਦੋਂ ਜਵਾਈ ਆਪਣੀ ਘਰਵਾਲੀ ਨੂੰ ਲੈਣ ਦੇ ਲਈ ਇੱਥੇ ਜਾਂਦਾ ਤਾਂ ਉਸਦੇ ਘਰ ਵਾਲਿਆਂ ਵੱਲੋਂ ਮਨ੍ਹਾ ਕਰ ਦਿੱਤਾ ਜਾਂਦਾ, ਜਿਸ ਤੋਂ ਬਾਅਦ ਜਵਾਈ ਕਾਫ਼ੀ ਜ਼ਿਆਦਾ ਭੱਖ ਜਾਂਦਾ ਅਤੇ ਉਸ ਵੱਲੋਂ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਇਸ ਘਰ ਦੀ ਭੰਨ ਤੋੜ ਕੀਤੀ ਜਾਂਦੀ ਹੈ ਅਤੇ ਨਾਲ ਹੀ ਇੱਟਾਂ ਬਰਸਾਈਆਂ ਜਾਂਦੀਆਂ ਨੇ, ਇੱਥੋਂ ਤੱਕ ਕਿ ਗੋਲੀਆਂ ਤੱਕ ਚਲਾ ਦਿੱਤੀਆਂ ਜਾਂਦੀਆਂ ਨੇ। ਜਵਾਈ ਵੱਲੋਂ ਸਿਰਫ ਇੱਥੇ ਤੱਕ ਰੜਕ ਨਹੀਂ ਕੱਢੀ ਜਾਂਦੀ, ਜਿਹੜੇ ਇਸ ਪਰਿਵਾਰ ਦੀ ਨੂੰਹ ਹੈ ਉਸਦੇ ਘਰ ਨੂੰ ਵੀ ਜ਼ਖਮੀ ਕੀਤਾ ਜਾਂਦਾ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਧਮਕੀਆਂ ਤੱਕ ਦਿੱਤੀਆਂ ਜਾਂਦੀਆਂ ਨੇ। ਤਾਂ ਦੱਸਿਆ ਜਾ ਰਿਹਾ ਕਿ ਜੋ ਇਸ ਘਰ ਦੇ ਵਿੱਚ ਲੜਕੀ ਰਹਿ ਰਹੀ ਹੁੰਦੀ ਹੈ ਉਸਨੂੰ ਇਹ ਜਵਾਈ ਕਾਫ਼ੀ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਆ ਰਿਹਾ ਸੀ, ਜਿਸ ਕਰਕੇ ਲੜਕੀ ਇੱਥੇ ਹੀ ਰਹਿ ਰਹੀ ਸੀ ਅਤੇ ਜਦੋਂ ਜਵਾਈ ਆਪਣੀ ਘਰਵਾਲੀ ਨੂੰ ਲੈਣ ਦੇ ਲਈ ਜਾਂਦਾ ਅਤੇ ਉਸ ਪਰਿਵਾਰ ਵੱਲੋਂ ਮਨ੍ਹਾ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਜਵਾਈ ਵੱਲੋਂ ਆਪਣਾ ਖੌਫਨਾ ਕਦਮ ਚੁੱਕ ਲਿਆ ਜਾਂਦਾ ਅਤੇ ਸਿੱਧਾ ਸਾਥੀਆਂ ਨੂੰ ਬੁਲਾ ਕੇ ਘਰ ਦੀ ਭੰਨ ਤੋੜ ਤੱਕ ਕੀਤੀ ਜਾਂਦੀ ਹੈ। ਤਸਵੀਰਾਂ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਦਾ ਮਾਹੌਲ ਕੀ ਹੈ, ਅੰਦਰ ਜਿਹੜੀ LCD ਲੱਗੀ ਹੋਈ ਸੀ ਉਹ ਵੀ ਟੁੱਟੀ ਹੋਈ ਨਜ਼ਰ ਆ ਰਹੀ ਹੈ ਅਤੇ ਘਰ ਦੇ ਕਾਫ਼ੀ ਜ਼ਿਆਦਾ ਸਮਾਨ ਨੂੰ ਜਿਹੜਾ ਹੈ ਖਰਾਬ ਕੀਤਾ ਜਾਂਦਾ, ਨੁਕਸਾਨ ਪਹੁੰਚਾਇਆ ਜਾਂਦਾ ਅਤੇ ਇਸ ਘਰ ਦੇ ਵਿੱਚ ਜਿਹੜੇ ਰਹਿੰਦੇ ਲੋਕ ਨੇ ਉਹ ਵੀ ਕਾਫ਼ੀ ਜ਼ਿਆਦਾ ਸਹਿਮੇ ਹੋਏ ਨਜ਼ਰ ਆ ਰਹੇ ਨੇ। ਤਾਂ ਫਿਲਹਾਲ ਪੁਲਿਸ ਵੀ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁੜ ਚੁੱਕੀ ਹੈ। ਉੱਥੇ ਜੇ ਪੀੜਿਤ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਦਾ ਨਾਮ ਪੱਲਵੀ ਹੈ, ਉਸਦਾ ਜਿਹੜਾ ਘਰ ਵਾਲਾ ਹੈ ਉਸਨੂੰ ਕਾਫ਼ੀ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਸੀ, ਜਿਸ ਕਰਕੇ ਉਹ ਹੁਣ ਸਾਡੇ ਕੋਲ ਰਹਿ ਰਹੀ ਸੀ ਅਤੇ ਜਦੋਂ ਜਵਾਈ ਰਹਿਣ ਦੇ ਨਹੀਂ ਆਉਂਦਾ ਤਾਂ ਮਨ੍ਹਾ ਸਾਡੇ ਵੱਲੋਂ ਕੀਤਾ ਜਾਂਦਾ ਤਾਂ ਜਵਾਈ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਬਚਾਅ ਦੇ ਲਈ ਉਹਨਾਂ ਵੱਲੋਂ ਵੀ 3-4 ਫਾਇਰ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਮੌਕੇ ਉੱਤੇ ਹੀ ਮਾਹੌਲ ਕਾਫ਼ੀ ਜ਼ਿਆਦਾ ਭੱਖ ਜਾਂਦਾ ਅਤੇ ਮੌਕੇ ਦੀ CCTV ਵੀਡੀਓ ਵੀ ਸਾਹਮਣੇ ਆਉਂਦੀ ਹੈ। ਤਾਂ ਪੁਲਿਸ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਪੀੜਿਤ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਸੁਣ ਲੈਂਦੇ ਹਾਂ। ਕੀ ਗੱਲ ਹੋਈ ਸਰ? ਅੰਮ੍ਰਿਤਸਰ ਦਸ਼ਮੇਸ਼ ਨਗਰ 14 ਨੰਬਰ ਗਲੀ, ਮੇਰੇ ਘਰ ਵਾਲੇ ਨੂੰ ਵੀ ਕੁੱਟ ਕੇ ਗਏ, ਹੱਥੀ ਪੈ ਕੇ ਗਏ, ਦਾਤਰਾ ਨਾਲ ਮੇਰੀ ਸੱਸ ਨੂੰ ਵੀ ਕੁੱਟਿਆ ਵਾ, ਮੇਰੇ ਵੀ ਮੱਥੇ 'ਚ ਮਾਰ ਕੇ ਗਏ, ਪਿਸਤੌਲ ਲਾ ਕੇ ਬੈਕ ਸਾਈਡ ਮਾਰ ਕੇ ਗਏ। ਕੀ ਕਹਿੰਦੇ ਕੀ ਸੀ, ਕੀ ਮਸਲਾ ਕੀ ਸੀ? ਮਸਲਾ ਉਹ ਹੀ ਨਨਾਣ ਦੇ ਕੁੱਟ ਮਾਰ ਕਰਦੇ ਸੀ ਤੇ ਇੱਧਰ ਵੀ ਆ ਗਏ ਨੇ, ਇਸ ਕਰਕੇ ਇੱਧਰ ਵੀ ਕੁੱਟ ਮਾਰ ਕੀਤੀ, ਨਨਾਣਾ ਵਾਲੇ ਵੀ ਕੀਤੀ, ਮੇਰੇ ਪੇਕੇ ਵੀ ਗਏ, ਮੇਰੇ ਡੈਡੀ ਦੇ ਮੱਥੇ 'ਤੇ ਪਿਸਤੌਲ ਰੱਖ ਕੇ ਮੇਰੇ ਪਾਪਾ ਨੂੰ ਵੀ ਕੁੱਟ ਮਾਰ ਕੀਤੀ, ਇਹਦੇ ਵੱਡੇ ਵੀਰ ਨੂੰ ਵੀ ਕੀਤੀ। ਉਹ ਕਹਿੰਦੇ ਸੀ ਤੁਹਾਡੀ ਕੁੜੀ ਗਲਤ ਕੰਮ ਕਰਦੀ ਹੈ, ਮੇਰੇ ਨਾਲ ਮਾੜਾ ਚੰਗਾ ਕਰਦੀ ਹੈ, ਤੈਨੂੰ ਪਤਾ ਹੀ ਐਦਾਂ ਕਹਿੰਦਾ ਹੀ ਪਿਓ ਨੂੰ, ਪਿਓ ਮੇਰੇ ਨੂੰ ਜਾ ਕੇ ਇੱਟਾਂ ਮਾਰੀਆਂ ਵਾ, ਮੁੜ ਕੇ ਮੇਰੇ ਘਰ ਵਾਲੇ ਨਹੀਂ ਬਚਾ ਹੋ ਗਿਆ। 8-9 ਮੁੰਡੇ ਹੈਗੇ ਇਸ ਨਾਲ, ਸੁਰੋਸ਼ਨ, ਰਾਹੁਲ, ਦਿਨੇਸ਼ੀ ਤੇ ਨੇਪਾਲੀ
ਪਰ ਬਸ ਪਿੱਛੋਂ ਮੁੰਡੇ ਲੈ ਕੇ ਹਥਿਆਰ ਨਾਲ ਲੈ ਕੇ ਆਏ ਜਦੋਂ ਮੇਰੇ ਪੇਕੇ ਗਏ ਆ ਨਾ ਉਦੋਂ ਪਿਸਟਲ ਲੈ ਕੇ ਗਏ ਕਿੰਨੇ ਫਾਇਰ ਕੱਢੇ ਗਏ ਪੰਜ ਛੇ ਫਾਇਰ ਕੱਢੇ ਮੌਕੇ ਤੇ ਪੁਲਿਸ ਪਹੁੰਚੀ ਹਾਂਜੀ ਕੀ ਪੁਲਿਸ ਨੇ ਕੀ ਆਸ਼ਾ ਸੁਣਵਾਈ ਅੱਜ ਪਹੁੰਚੀ ਹੈ ਅੱਜ ਪਹੁੰਚੀ ਉਧਰ ਪੁਲਿਸ ਨਹੀਂ ਹੈ ਸੀਸੀਟੀਵੀ ਕੋਈ ਹੈ ਪਹਿਲੇ ਪੁਲਿਸ ਕਾਰਵਾਈ ਨਹੀਂ ਕਰਦੀ ਅੱਜ ਫਿਰ ਆਪਾਂ ਕਮਿਸ਼ਨਰ ਦਫ਼ਤਰ ਪੇਸ਼ ਹੋਏ ਆ ਉਹਨਾਂ ਨੇ ਕਾਰਵਾਈ ਕਰਵਾਉਣ ਚਾਹੀ ਕੀਤੀ ਸੀਸੀਟੀਵੀ ਆਈ ਹੈ ਹਾਂਜੀ ਕੋਈ ਸੀਸੀਟੀਵੀ ਕੈਮਰੇ ਲੱਗੇ ਹਾਂਜੀ ਮੋਬਾਈਲ ਦੀ ਵੀਡੀਓ ਵੀ ਬਣੀ ਹੋਈ ਹੈ ਗੱਲਬਾਤ ਕੁਛ ਨਹੀਂ ਜੀ ਘਰੇਲੂ ਲੜਾਈ ਹੈ ਘਰ ਦੀ ਉਹਦੀ ਆਪਸ 'ਚ ਹਾਂਜੀ ਅਤੇ ਆ ਕੇ ਮੇਰੀ ਪਹਿਲੇ ਭੈਣ ਨੂੰ ਘਰੇ ਕੁੱਟ ਕੇ ਆਇਆ ਵਾ ਠੀਕ ਹੈ ਜੀ ਬਾਅਦ 'ਚ ਇੱਥੇ ਆ ਕੇ ਸਾਨੂੰ ਪਰਸੋਂ ਲੜਾਈ ਹੋਈ ਆ ਆ ਵੇਖੋ ਅੰਦਰ LEDਾਂ ਤੋੜ ਗਿਆ ਸਾਰੀਆਂ ਮੇਰੇ ਸਹੁਰੇ ਗਲ ਪੈ ਕੇ ਗਿਆ ਉੱਥੇ ਕੁੱਟ ਕੇ ਆਇਆ ਫਿਰ ਇੱਥੇ ਆ ਕੇ ਹੁਣ 10 ਮੁੰਡੇ ਲਿਆਇਆ ਸੀ ਨਾਲ ਗੋਲੀਆਂ ਚਲਾਈਆਂ ਇਹਨੇ ਅਤੇ ਨਾਲੇ ਇੱਟਾਂ ਮਾਰੀਆਂ ਵਾ ਇੱਥੋਂ ਦਾ ਗੈਂਗਸਟਰ ਬਣਦਾ ਆ ਠੀਕ ਆ ਨਾਲ ਇਹਦੇ ਰਾਹੁਲ ਸਲੋਸ਼ਨ ਹੈਗਾ ਆ ਦੁਸ਼ਮਣੀ ਕੋਈ ਵੀ ਨਹੀਂ ਜੀ ਆਪਣਾ ਸਾਡੀ ਭੈਣ ਆ ਵਿਆਹੀ ਉਹਦੇ ਵੱਲ ਠੀਕ ਆ ਉਹ ਇੱਥੇ ਸੀਗੀ ਉਹਨੂੰ ਲੈਣ ਆਇਆ ਸੀਗਾ ਅਸੀਂ ਨਹੀਂ ਭੇਜਣਾ ਤੂੰ ਸਾਡੇ ਪਹਿਲੇ ਲੜ ਕੇ ਗਿਆ ਸਾਡੇ ਨਾਲ ਅਤੇ ਸੀਗਾ ਅਸੀਂ ਨਹੀਂ ਭੇਜਣਾ ਇੰਨੀ ਗੱਲੋ ਗੋਲੀਆਂ ਚਲਾਉਣ ਲੱਗ ਪਿਆ ਇੱਟਾਂ ਚਲਾਉਣ ਲੱਗ ਪਿਆ ਤੁਸੀਂ ਭੇਜਣਾ ਕਿਉਂ ਨਹੀਂ ਆਹ ਵੇਖੋ ਨਾਲ ਹੀ ਇਹ ਗਲੀ 'ਚ ਰਹਿੰਦਾ ਆ ਜੀ ਵਿਆਹ ਨੂੰ ਉਤਰਾ 11 ਸਾਲ ਹੋ ਗਏ ਆ ਜੀ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਬੰਦੇ 8-10 ਹੈਗੇ ਸੀ ਇਹਦੇ ਨਾਲ 6 ਗੋਲੀਆਂ ਚਲਾਈਆਂ ਵਾ ਜਿਹਦੇ ਵਿੱਚੋਂ 2 ਮਿਲੇ ਆ ਖੋਲ ਇੱਕ ਜਿੰਦਾ ਕਾਰਤੂਸ ਮਿਲਿਆ ਜੀ ਨਹੀਂ ਬਚਾ ਰਿਹਾ ਵੇਖੋ ਬਾਕੀ ਉੱਤੇ ਟੈਲਾਂ ਟੁੱਲਾਂ ਟੁੱਟੀਆਂ ਸਾਰੀਆਂ ਹਾਂਜੀ ਹਾਂਜੀ ਮੌਕੇ 'ਤੇ ਆਈ ਪੁਲਿਸ ਜੀ ਰੋਕੀ ਰਾਹੁਲ ਸਲੋਸ਼ਨ ਧੇਲੀ ਸੀਗਾ ਨਾਲ ਅਤੇ ਨਾਲ ਬਡਰਾਂ ਦਾ ਸੰਨੀ ਸੀਗਾ ਅਤੇ ਹੋਰ ਨਾਲ 3-4 ਅੰਨ ਪਤਾਸ਼ੇ ਸੀਗੇ ਨਾਲ ਵਿੱਕੀ ਨੇਪਾਲੀ ਸੀਗਾ ਠੀਕ ਹੈ ਜੀ ਹਾਂਜੀ ਇਹ ਸਾਰੀਆਂ ਅਸੀਂ 2-4 ਅਸੀਂ ਉੱਤੋਂ ਮਾਰੀਆਂ ਆਪਣੇ ਬਚਾਅ ਵਾਸਤੇ ਬਾਕੀ ਉਹਨੇ ਸਾਰੀਆਂ ਥੱਲੋਂ ਚਲਾਈਆਂ ਸੀਗੀਆਂ ਜੀ ਮੰਗ ਹੀ ਇਹੋ ਕਰਦੇ ਸਾਡਾ ਇਨਸਾਫ ਹੋਇਆ ਸਾਡੀ ਭੈਣ ਨੂੰ ਕੁੱਟਦਾ ਰਹਿੰਦਾ ਮਾਰਦਾ ਰਹਿੰਦਾ ਬਾਅਦ 'ਚ ਚਲੋ ਤੁਹਾਡੀ ਘਰ ਦੀ ਘਰੇਲੂ ਲੜਾਈ ਆ ਤੁਸੀਂ ਆਪਸ 'ਚ ਨਿਬੇੜੋ ਨਾ ਨਿਬੇੜੋ ਠੀਕ ਆ ਨਾ ਸਾਡੇ ਘਰ ਆ ਕੇ ਕੁੱਟਣ ਦਾ ਕੀ ਮਤਲਬ ਮੇਰੀਆਂ ਭੈਣਾਂ 2 ਵਿਆਹੀਆਂ ਉੱਧਰ ਸਾਈਡ 'ਤੇ ਉੱਥੇ ਵੀ ਵੇਖ ਕੇ ਆਓ ਸਾਰੀ ਗੱਡੀ ਭੰਨਤੀ ਆ ਮੁੰਡੇ ਨੂੰ ਕੁੱਟਿਆ ਉੱਥੇ ਵੀ ਸਾਰੀ ਬਾਰੀ ਤੋੜੀ ਆ ਉਹਨੂੰ ਮਹਿੰਦਰਾ ਕਲੋਨੀ 'ਚ ਲਿਜਾ ਕੇ ਦਾਤਰ ਮਾਰੇ ਉਹਦੇ ਠੀਕ ਆ ਜੀ ਉਹਦੇ ਵੀ ਦਾਤਰ ਮਾਰੇ ਆ ਉਹ ਹੁਣ ਠਾਣੇ ਹੈਗਾ ਨਹੀਂ ਤੇ ਮੈਂ ਤੁਹਾਨੂੰ ਉਹਦੇ ਵੀ ਵਿਖਾਉਣਾ ਸੀ ਸਾਰਾ ਉਹਦਾ ਵੀ ਪਰਚਾ ਹੋਇਆ ਆ ਜੀ ਠੀਕ ਆ ਉਹਦੇ ਵੀ ਸੱਟਾਂ ਲੱਗੀਆਂ ਵਾ ਭੈਣ ਮੇਰੀ ਦੇ ਵੀ ਲੱਗੀਆਂ ਆ ਭੈਣ ਹੁਣ ਠਾਣੇ ਆ ਜੀ ਹਾਂਜੀ ਪਰਚਾ ਦਰਜ ਕਰਾਉਣ ਗਏ ਆ ਜੀ ਹਾਂਜੀ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਮੁਕੱਦਮਾ ਦਰਜ ਕਰ ਰਹੇ ਹਾਂ ਉਹਨੂੰ ਅਗਲੀ ਕਾਰਵਾਈ ਸ਼ੁਰੂ ਕਰ ਰਹੇ ਸਰ ਕਿੰਨੇ ਗੋਲੀ ਚਲਾਈ ਕੁਛ ਨਾਮ ਪਤਾ ਲੱਗਿਆ ਹਾਂਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਮੀਆਂ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਪੱਲਵੀ ਹੈ ਲੜਕੀ ਦਾ ਨਾਂ ਅਤੇ ਵਿਸ਼ਾਲ ਚੋਪੜਾ ਏਲੀਅਸ ਰੋਕੀ ਹੈ ਲੜਕੇ ਦਾ ਨਾਂ ਆਈਡੈਂਟੀਫਾਈਡ ਹੈ ਅਤੇ ਪਰਚਾ ਦੇ ਕੇ ਅਤੇ ਅਗਲੀ ਕਾਰਵਾਈ ਜਿਹੜੀ ਸਰ ਤੁਹਾਡੀਆਂ ਟੀਮਾਂ ਹੁਣ ਵੀ ਮੌਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਗੋਲੀਆਂ ਦੇ ਹਾਂਜੀ ਮਿਲੇ ਆ ਜੀ 2 ਕੋਲ ਮਿਲੇ ਆ ਲਾਈਵ ਪਾਰਟਿਸ ਮਿਲੇ ਫਿਰ ਮੌਕੇ 'ਤੇ ਕੀ ਕਾਰਵਾਈ ਕੀਤੀ ਜਾ ਰਹੀ ਸਰ ਪਰਚਾ ਦਰਜ ਕਰ ਰਹੇ ਹਾਂ ਜੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਰਹੇ